ਕੀ ਨਾਮ ਹੈ ਸਰ ਤੁਹਾਡਾ? ਮੇਰਾ ਨਾਮ ਜਸਵੰਤ ਹੈ। ਕਿੱਥੋਂ ਆਏ ਸਰ ਤੁਸੀਂ? ਨਮਸਕਾਰ। ਇਹ ਤੁਹਾਡੀ ਪ੍ਰੋਬਲਮ ਕਦੋਂ ਤੇ ਸੀ ਸਰ? ਇਹ 7-8 ਸਾਲ ਤੋਂ ਹੋ ਗਿਆ ਸੀ। ਠੀਕ ਹੈ ਜੀ। ਇਹ ਤੁਹਾਨੂੰ ਪ੍ਰੋਬਲਮ ਦਿੱਕਤ ਆਉਂਦੀ ਕੀ ਸੀਗੀ ਤੁਹਾਨੂੰ? ਪ੍ਰੋਬਲਮ ਮੇਕੇ ਸੀ ਕਿ ਉਹ ਬਾਹਰ ਆਉਂਦੇ ਸੀ। ਅੱਛਾ। ਉਹ ਪ੍ਰੈਸ਼ਰ ਹੋ ਰਿਹਾ ਜਾਂ ਨਾ ਮੇਕੇ ਬਾਹਰ ਆਉਂਦੇ ਸੀ। ਤੁਸੀਂ ਫਿਰ ਟ੍ਰੀਟਮੈਂਟ ਨਹੀਂ ਲਿਆ? ਟ੍ਰੀਟਮੈਂਟ ਬਹੁਤ ਜ਼ਿਆਦਾ ਤੋਂ ਲਿਆ। ਅੱਛਾ ਜੀ। ਹਾਂਜੀ। ਦੇਸੀ ਵੀ ਲਿਆ, ਹੋਰ ਵੀ ਲਿਆ। ਅੱਛਾ ਜੀ। ਤੇ ਕੋਈ ਫਾਇਦਾ ਨਹੀਂ। ਅੱਛਾ, ਕੋਈ ਫਾਇਦਾ ਨਹੀਂ। ਤੇ ਸਾਡੇ ਹਸਪਤਾਲ ਦਾ ਤੁਹਾਨੂੰ ਕਿਸ ਤਰ੍ਹਾਂ ਦਾ ਪਤਾ ਲੱਗਿਆ? ਨਹੀਂ, ਹਸਪਤਾਲ ਤੋਂ ਪਤਾ ਲੱਗਿਆ ਕਿ ਉਧਰ ਇੱਕ ਕਰਾ ਕੇ ਗਏ ਸੀ ਉੱਥੇ ਆਪਰੇਟ। ਅੱਛਾ ਜੀ। ਉਹਨਾਂ ਨੇ ਦੱਸਿਆ ਸੀ, ਉਹਨਾਂ ਨੇ ਲੈਫਟ ਹੈਂਡ ਦਿੱਤਾ ਸੀ। ਅੱਛਾ ਜੀ। ਤੇ ਫਿਰ ਆਏ ਇੱਥੇ। ਅੱਛਾ ਜੀ। ਤੇ ਹੁਣ ਤੁਹਾਡਾ ਹੁਣ ਆਪਰੇਸ਼ਨ ਹੋਇਆ, ਤੁਹਾਨੂੰ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ ਹੈ? ਬਿਲਕੁਲ ਓਕੇ। ਹਾਂਜੀ ਹਾਂਜੀ, ਵਧੀਆ ਫੀਲ ਹੋ ਰਿਹਾ ਹੈ। ਅੱਛਾ ਜੀ। ਤੇ ਹੁਣ ਕੋਈ ਦਰਦ ਕੋਈ ਵਗੈਰਾ ਕੁਝ ਤੁਹਾਨੂੰ ਕੋਈ ਦਿੱਕਤ ਆਉਂਦੀ ਹੋਵੇ? ਨਹੀਂ, ਕੋਈ ਨਹੀਂ ਹੈ ਪ੍ਰੋਬਲਮ, ਹਲਕਾ ਫੁਲਕਾ। ਠੀਕ ਹੈ। ਬਾਕੀ ਤੁਹਾਨੂੰ ਕੋਈ ਹਸਪੀਟਲ 'ਚ ਕੋਈ ਪ੍ਰੋਬਲਮ ਆਈ ਹੋਵੇ? ਨਹੀਂ, ਕੋਈ ਦਿੱਕਤ ਨਹੀਂ, ਬਹੁਤ ਵਧੀਆ। ਡਾਕਟਰ ਸਾਹਿਬ ਔਰ ਸਟਾਫ ਤੁਹਾਨੂੰ ਕਿਹੋ ਜਿਹਾ ਬਹੁਤ ਬੁਰੇ ਲੱਗੇ? ਸਟਾਫ ਤੇ ਬਹੁਤ ਵਧੀਆ ਜੀ, ਉਹ ਤੁਹਾਨੂੰ ਕਹਿ ਕੇ ਹਟਿਆ ਸਕਦੇ ਕਿ ਮਤਲਬ ਸਟਾਫ ਬਹੁਤ ਵਧੀਆ ਹੈਗਾ, ਵਧੀਆ ਡੀਲ